ਸ਼ਕਾਲ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਨੰਬਰ ਦਾ ਫਾਰਮ YouTube ਚੈਨਲ ਤੇ ਤੇ ਨਾਲ ਹੀ ਸਵਾਗਤ ਆ ਤੁਹਾਡਾ ਅੱਜ ਦੇ ਇਸ ਵਲੌਗ ਦੇ ਵਿੱਚ ਤੇ ਦੋਸਤੋ ਅੱਜ ਅਸੀਂ ਸਾਰੇ ਇਕੱਠੇ ਹੋਏ ਆ ਬੜੇ ਖਾਸ ਦਿਨ ਦੇ ਲਈ ਅੱਜ ਅਸੀਂ ਤੁਹਾਨੂੰ ਰੈਸਪੀ ਸਿਖਾਵਾਂਗੇ ਬਟੇਰਿਆਂ ਦੇ ਚਾਰ ਦੀ ਅੱਗੇ ਜਿਹੜਾ ਬੱਕਰੇ ਦਾ ਚਾਰ ਪਾਪਾ ਪਾਇਆ ਸੀਗਾ ਉਹ ਤੁਹਾਨੂੰ ਸਾਰਿਆਂ ਨੂੰ ਬਹੁਤ ਪਸੰਦ ਆਇਆ ਤੇ ਉਹਦੇ ਤੋਂ ਇਨਸਪਾਇਰ ਹੋ ਕੇ ਮੈਂ ਕਿਹਾ ਚਲੋ ਆਪਾਂ ਇੱਕ ਹੋਰ ਨਵੀਂ ਰੈਸਪੀ ਜਿਹੜੀ ਬਜਰੰਗੀ ਦੇ ਕੋਲੇ ਆ ਉਸ ਤੁਹਾਡੇ ਸਾਰੇ ਵੀਰਾਂ ਨਾਲ ਸ਼ੇਅਰ ਕਰੀਏ ਤੇ ਠੰਡ ਦਾ ਟਾਈਮ ਆ ਤੇ ਬਟੇਰੇ ਗਰਮ ਵੀ ਹੁੰਦੇ ਆ ਕਹਿੰਦੇ ਤੇ ਚੱਲਦੇ ਆਪਾਂ ਸਾਰਾ ਸਮਾਨ ਲੈ ਕੇ ਆਉਣੇ ਆ ਤੁਹਾਨੂੰ ਦਿਖਾਉਣੇ ਆ ਵੀ ਕਿੱਥੋਂ ਬਟੇਰੇ ਮਿਲਦੇ ਆ ਕੀ ਭਾਅ ਭੂ ਹੁੰਦਾ ਸਾਰਾ ਦਿਨ ਕੀ ਕੁਛ ਆਪਾਂ ਕਰਦੇ ਆ ਤੁਹਾਨੂੰ ਦਿਖਾਵਾਂਗੇ ਬਣੇ ਰਹੋ ਵੀਡੀਓ ਦੇ ਨਾਲ ਚੱਲੀਏ ਮੁੰਡਿਓ ਬਹੁ ਫਿਰ ਪਈ ਰਹਿਣ ਦੇ ਕਿਹੜਾ ਗੱਲ ਪੈਂਦੀ ਆ ਲਓ ਵੀ ਫੌਜਾਂ ਬਹਿ ਗਈਆਂ ਨੇ ਗੱਡੀ ਦੇ ਵਿੱਚ ਤਿਆਰ ਸ਼ਿਆਰ ਹੋ ਕੇ ਮੁੱਛਾਂ ਕੁੰਡੀਆਂ ਕਰਕੇ ਤੇ ਟੈਂਪਰੇਚਰ ਕਿੰਨਾ ਗੱਡੀ ਵਿਖਾਉਂਦੀ ਆ 8 ਡਿਗਰੀ 8 ਡਿਗਰੀ ਆ ਠੰਡਾ 68 ਟੈਂਪਰੇਚਰ ਆ ਅੱਜ ਆਊ ਨਜ਼ਾਰਾ ਨਾਲ ਤੁਸੀਂ ਊੜਾ ਊੜਾ ਪੰਜਾਬੀ ਪੜ੍ਹਾਉਣ ਵਾਲਾ ਕੰਮ ਵੀ ਰੱਖਿਆ ਪੰਜਾਬੀ ਮਾਸਟਰ ਕਿਆ ਬਾਤ ਹੈ ਆਹ ਦੇਖੋ ਜੀ ਆਹ ਦੇਖੋ ਤੁਸੀਂ ਦੱਸੋ ਵੀ ਜੀ ਕਿੱਥੇ ਹੈਗੇ ਹੋ ਅਸੀਂ ਇੱਥੇ ਇੱਥੇ ਨੀਵੇਂ ਜਿਹੇ ਹੈਗੇ ਇੱਥੇ ਅਸੀਂ ਸ੍ਰੀ ਮੁਕਤਸਰ ਸਾਹਿਬ ਦੇ ਪੈਰਾਂ 'ਚ ਤੁਸੀਂ ਅੰਗ ਆਓ ਜੀ ਕਾਕਾ ਜੀ ਕਿਵੇਂ ਹੋ ਠੀਕ ਆ ਜਮਾਈ ਜਮਾਈ ਫੁੱਲ ਫੁੱਲ ਕਰ ਦੇ ਬਾਈ ਉੱਤੋਂ ਤੱਕ ਭਰ ਦੇ ਨੱਕੋ ਨੱਕ 5000 ਨੂੰ ਹੱਥ ਮਾਰ ਗਿਆ ਬੇਲੀਆ ਤੁਹਾਨੂੰ ਜੀ ਕੀ ਹਾਲ ਹੈ ਬੜੇ ਵਧੀਆ ਤੁਸੀਂ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਨੰਬਰਦਾਰ ਬੋਲਦਾ ਬਾਨ ਵਾਲੇ ਤੋਂ ਹਾਂ ਜੀ ਠੀਕ ਹੈ ਜੀ ਨੰਬਰ ਤਿਆਰ ਹੋ ਗਿਆ ਜੀ ਸਮਾਨ ਆਪਣਾ ਅੱਛਾ ਚਲੋ ਆ ਗਿਆ ਬਸ ਮੈਂ ਨੇੜੇ ਹੀ ਆ ਲਓ ਵੀ ਦੋਸਤੋ ਆਪਾਂ ਪਹੁੰਚ ਚੁੱਕੇ ਆ ਹੁਣ ਸੋਨੂ ਚਿਕਨ ਦੇ ਆ ਹੈਗਾ ਆਪਣਾ ਸੋਨੂ ਚਿਕਨ ਡੱਬ ਵਾਲੀ ਬੱਸ ਅੱਡੇ ਦੇ ਕੋਲੇ ਆ ਗੋਲ ਚੌਂਕ ਜਿਹੜਾ ਵੱਜਦਾ ਇੱਥੇ ਉਹਦੇ ਨਾਲ ਆ ਜਮਾਂ ਇੱਥੋਂ ਮਿਲੂਗਾ ਆਪਾਂ ਨੂੰ ਸ਼ਿਕਾਰ ਜੇ ਤੁਸੀਂ ਅੱਗੇ ਪਿੱਛੇ ਕਿਤੇ ਬਣੇ ਬਣਾਏ ਖਾਣੇ ਹੋਣ ਤਾਂ ਇਹਨਾਂ ਕੋਲ ਉਹ ਵੀ ਅਵੇਲੇਬਲ ਆ ਦੇਖੋ ਬਟੇਰ ਐਗ ਬਟੇਰ ਮੀਟ ਬਟੇਰ ਕੜੀ ਤੰਦੂਰੀ ਬਣਾ ਵੀ ਵਧੀਆ ਦਿੰਦੇ ਆ ਮੈਂ ਕਹਿੰਦਾ ਵੀ ਜਚਾ ਉਹ ਆਪੇ ਲਊਗਾ ਇੱਟਾਂ ਆਪਾਂ ਕਿਹਦਾ ਰੱਖ ਦਈਏ ਮੋਟੀਆਂ ਮੋਟੀਆਂ ਹੀ ਹਨਾ ਇਹ ਭਾਜੀ ਹੱਥ ਪਾਏ ਖੜ ਜਿਆਦਾ ਠੰਡ ਲੱਗਦੇ ਤੈਨੂੰ ਠੰਡ ਬਹੁਤ ਜ਼ਿਆਦਾ ਇੰਨੀ ਬਾਲੀ ਹੋ ਗਿਆ ਤਾਂ ਪਰਾਤ ਆ ਜਾ ਮੋਟੂਆ ਲੈ ਵੀ ਇੱਧਰ ਬਜਰੰਗੀ ਵੀ ਆ ਗਿਆ ਲੇਟ ਤਾਂ ਕੋਈ ਨੀ ਹੋਰ ਸੁਣਾ ਕਿਵੇਂ ਆ ਬੇਟੀ ਠੀਕ ਆ ਤੇਰੀ ਉਹ ਨਾ ਨਾ ਭਰਾਵਾ ਲਓ ਵੀ ਆਪਣਾ ਹੌਟ ਸ਼ੈਫ ਆ ਚੁੱਕਿਆ ਹੁਣ ਛੇਤੀ ਘਰ ਮਾੜਾ ਬਜਰੰਗੀ ਤੂੰ ਲੇਟ ਬਹੁਤ ਆ ਮੈਂ ਨਾ ਗਵਾਹੀ ਪਾਉਣ ਜਾਣਾ ਤਹਿਸੀਲ ਪੱਠੀ ਪੁੱਠੀ ਤੇਰੇ ਸਾਹਮਣੇ ਲਾ ਕੇ ਰੱਖੀ ਪਹਿਲੋਂ ਉਹਦੀ ਇੱਕ ਵਾਰੀ ਰੈਗੂਲੇਟਰ ਚੈੱਕ ਕਰ ਲਾ ਉਹਦਾ ਮੈਨੂੰ ਡਾਊਟ ਆ ਥੋੜਾ ਜਿਹਾ ਕੜਾਈ ਚਾਹੀਦੀ ਆਪਾਂ ਨੂੰ ਕੜਾਈ ਫਿਰ ਅੰਦਰੋਂ ਲੈ ਕੇ ਆ ਕਿੱਧਰ ਚੱਲਿਆ ਤੂੰ ਤੇਰਾ ਨਿਸ਼ਾਨਾ ਤਾਂ ਇੱਕ ਨਹੀਂ ਲੱਗਿਆ ਚੱਲ ਛੱਡ ਬਜਰੰਗੀ ਲੈ ਦੱਸ ਹੁਣ ਆਪਣਾ ਕਿਵੇਂ ਕਿਵੇਂ ਆ ਸਮਾਨ ਆਪਣੇ ਕੋਲੇ ਬਟੇਰਾ ਹੈਗਾ 8 ਸਾਢੇ 8 ਕਿਲੋ ਆਹ ਦੇਖੋ ਜੀ ਆਹ ਹੁੰਦੇ ਆ ਬਟੇਰ ਚੱਕ ਕੇ ਦਿਖਾਈਏ ਦਰਸ਼ਕਾਂ ਨੂੰ ਆਹ ਵੇਖੋ ਐਂ ਤਿੱਤਰ ਗਈ ਹੁੰਦਾ ਨਿੱਕਾ ਜਿਹਾ ਪਰ ਐਂ ਵੀ ਤਿੱਤਰਾਂ ਤੇ ਆਪਾਂ ਮੀਟ ਖਾ ਨਹੀਂ ਸਕਦੇ ਕਾਨੂੰਨੀ ਕਾਰਵਾਈ ਹੋ ਜਾਂਦੀ ਬਹੁਤ ਤਕੜੀ ਤੇ ਬਾਕੀ ਚੀਜ਼ਾਂ ਦੱਸ ਕਿਵੇਂ ਕਿਵੇਂ ਆ 8.5 ਕਿਲੋ ਕੀ ਕੀ ਸਮਾਨ ਆਪਾਂ ਲਿਆਉਂਦਾ 100 ਗ੍ਰਾਮ ਮਗਾ ਜੀ ਠੀਕ ਹੈ 100 ਗ੍ਰਾਮ ਸਾਬਤ ਧਨੀਆ ਜੀ ਓਕੇ ਜਲਵੱਤਰੀ ਹੈ ਜਲਵੱਤਰੀ ਔਰ 150 ਗ੍ਰਾਮ ਬੜੀ ਇਲਾਚੀ ਹੈ ਠੀਕ ਹੈ 100 ਗ੍ਰਾਮ ਦਾਲਚੀਨੀ ਹੈ ਠੀਕ ਹੈ ਤੋ 100 ਗ੍ਰਾਮ ਪਿਸਾ ਧਨੀਆ ਠੀਕ ਹੈ 200 ਗ੍ਰਾਮ ਹਲਦੀ ਹੈ 200 ਗ੍ਰਾਮ ਲਾਲ ਮਿਰਚਾਂ ਹੈ ਠੀਕ ਹੈ 2 ਪੀਸ ਜਾਇਫਲ ਹੈ ਹਾਂ 1 ਪੈਕਟ ਨੂਨ ਦਾ ਜੀ 100 ਗ੍ਰਾਮ ਅਜਵਾਇਨ ਹੈ 100 ਗ੍ਰਾਮ ਜੀਰਾ ਹੈ 1 ਮੀਟ ਮਸਾਲੇ ਦੀ ਹੈ 1 ਦੇਗੀ ਮਿਰਚ ਦੀ ਡੱਬੀ ਹੈ ਓਕੇ ਤੋ ਇਹ ਸਿਰਕਾ ਜੀ ਔਰ 3 ਕਿਲੋ ਸਰੋਂ ਤੇਲ ਹੈ ਬਸ ਇਹੀ ਚਾਹੀਦਾ ਇਹਦੇ ਇਲਾਵਾ ਕੋਈ ਚੀਜ਼ ਆਪਾਂ ਨੂੰ ਚਾਹੀਦੀ ਹੈ ਲਸਣ ਅਦਰਕ ਆਪਾਂ 1.5 ਕਿਲੋ ਲੈ ਆਂਦਾ ਬਸ ਠੀਕ ਹੈ ਫਿਰ ਕਰੋ ਚਾਲੂ ਕੰਮ ਠੀਕ ਹੈ ਗੈਸ ਸੁੰਨੀ ਚੱਲੀ ਜਾਂਦੀ ਅੱਗ ਨਾ ਲਵਾ ਦੀ ਤੂੰ ਨਹੀਂ ਸੁੰਨੀ ਨਹੀਂ ਚੱਲਦੀ ਲੈ ਸੁੱਟ ਫਿਰ ਉਧਰ ਵੇ ਪੂਰਾ ਅਰਜਨ ਵੈਲੀ ਲੱਗਦਾ ਪਿਆ ਕੇ ਭਾਈ ਹੁਣ ਲੱਗਣ ਲੱਗ ਗਿਆ ਹੁਣ ਤੈਨੂੰ ਅਗਲੀ ਵੀਡੀਓ ਚ ਖਾਵਾਂਗਾ ਵੀ ਕਿੰਨੇ ਨਿਸ਼ਾਨਿਆਂ ਦੇ ਕਮਾਲ ਹੌਲੀ ਹੌਲੀ ਨਿਸ਼ਾਨਿਆਂ ਦੇ ਜਾਦੂਗਰ ਬਣ ਜਾਣਾ ਹਾਂ ਠੀਕ ਹੈ ਹੋਰ ਭਰਾ ਵੀ ਪਹੁੰਚ ਰਹੇ ਨੇ ਜਲਦੀ ਆਪਣੇ ਕਿਹੜੇ ਸਰਪੰਚ ਨਹੀਂ ਸਰਪੰਚ ਜੋਰਾ ਭਾਈ ਜੋਰਾ ਭਾਈ ਜੋਰਾ ਵੀ ਆ ਰਿਹਾ ਵਾਹ ਜੀ ਵਾਹ ਫਿਰ ਤਾਂ ਖਾਸ ਬਹੁਤ ਜ਼ਿਆਦਾ ਖਾਸ ਆਪਣਾ ਹੋਣ ਵਾਲਾ ਅੱਜ ਦਾ ਵਲੌਗ ਲਓ ਜੀ ਤੇਲ ਪਾਇਆ ਸਿਰਫ 1 ਲੀਟਰ ਵਾਲੀ ਬੋਤਲ ਦੇ ਵਿੱਚੋਂ ਤੁਸੀਂ ਦੇਖ ਸਕਦੇ ਹੋ ਅੱਧੀ ਵੀ ਨਹੀਂ ਪਾਈ ਇੰਨਾ ਕੁ ਸਮਾਨ ਆਪਾਂ ਵਿੱਚ ਪਾ ਕੇ ਤੇਲ ਇੱਕ ਵਾਰੀ ਕਰੂਗਾ ਗਰਮ ਉਹ ਤੋਂ ਬਾਅਦ ਇਹਦੇ ਵਿੱਚ ਆਪਾਂ ਜੀਰਾ ਪਾਵਾਂਗੇ ਨਾ
जीरा ये पावे अंदर आए तो ज्यादा फिर वैलिंग वाली फीलिंग ज्यादा आ जानी होर तो कुछ तो मरना नहीं है मेरा कुकड़ जरूर मार दो एक अद्धा मसाले तैयार हो रहे ने खड़े मसाले उन्होंने बजरंगी बाई ने करके ना क्रश जहा थोड़ा थोड़ा बस अद्धा ही पा लिया लून कि पाना बजरंगी इच 200 ग्राम नमक पाना शुरू वाले जो आप थोड़ा जहा तेल पाया से सारा समान जाऊगा सिरका भी पहले ही पा देना एक खास रेसिपी है बजरंगी भाई जान की नोट कर लियो चंगी तरह ये हलवाई साढ़े बाहरों आए ने कुंडिया मुछा वाले आए ये पाकिस्तान में बेसिकली बट ये हम पाकिस्तान के नेड़े रहना पसंद करते फाजिलका एरिया चल उन्हें कर लेना काम आ गया सही है बस तू यही करना जो तेल पानी अर्गा हो जाए पतला उस बाद फिर आप मसाले ठोकने विच कच्चा रहन दिंदा अपने अर्गे का काम हुंदा कच्चा रखने वाला तेरे जो वेख भाफा निकलदिया ने हैं ला भी करा दे छू छू सिरका पा गया हाथ धोंदा सिरका कितना पाया बजरंगी 100 ग्राम सिरका पाना दोस्तों नोट कर लिया जाए तो बिच पाने निके निके बटेरे क्यूट क्यूट जे बटेरे बिच सुटने फिर इन्हों चलाओ जे स्वाद चीजा खानिया थोड़ी मेहनत करनी पैंती है भाई चला जाओगे ना उदो लग जा रही गल तो मेहनत बेकार करने एक भी होर लग रही मैं नुकसान की जिम्मेवारी बजरंगी की आप सिर्फ असिस्टेंट हैं हूँ इनू आप पानी सिखावे ना जिम्मे बकरे तो सिखाया उ प्रोसीजर है जी जिमें यह हूँ मीट पानी आपका छड्डू हजे तक ये कोई लिक्विड नहीं है पर जिमें जिमें पानी छड्डूगा वो सारा पानी आप ही सिखा जिमें आम तौर पर आप देखते हैं चार वाले ना कई बंदे की करते हैं फ्राई करके पा दें मीट न या फिर वह पहला बॉयल करते हैं अपन ना बॉयल किया ना फ्राई किया इनू पकाना ही है एक तरह का पहलों जो ये पक जूगा उस बाद फिर इन दोबारा तेल का तड़का बना के वो पावे जिद प्रिजर्व होगा चार पेगा गैस कि थले फुल है गैस हाफ जी है बाली फुल नहीं है देगी मिर्च का तड़का अंग अंग फड़का लै भी देगी मिर्च पाने ये सिर्फ कलर वास्ते होंगी है दोस्तों ये जरूरी नहीं है भी देगी मिर्च पा दी तो बहुत ज्यादा मिर्चा हो जाएगी सानू भी परसनली घट मिर्चा वाला ही पसंद है बहुत ज़्यादा नाक चो पानी क्ढी जाए वह भी नहीं सूट आता चार फिर वो एसिडिक हो जाता ज़्यादा चाह पियोगे मुंडे चाह है चल ठीक ये बनी जाऊगा हम इन आप करना हलवाई की जिम्मेवारी आ आप बठर रखता बस मेनू दो कुकड़ा मैं चलिया मैं निशाना लाना थाली रोटी खाना ना अक्सर ही कहा फेर करके रोटी खा शौक महंगे ਸਾਡੇ ਮਦੂਕ ਤੇ ਧਰਕੇ ਹਨ ਜਿਕਰੇ ਮੰਜਾ ਮੁੰਜਾ ਨਹੀਂ ਸਾਡੇ ਉੱਤੇ ਬਹਿ ਜਾਓ ਮੈਂ ਤੋ ਇਹ ਫੜਾਗੇ ਕੋਹਾਰ ਹੈ ਨਹੀਂ ਮੈਨੂੰ ਤੁਸੀਂ ਬੈਠਣ ਦਿੱਤਾ ਹੀ ਨਹੀਂ ਮੈਂ ਰਾਜ ਨਾਕਾ ਲਾ ਲਿਆ ਕੁਰਸੀਆਂ ਕੱਢੋ ਫਿਰ ਅੰਦਰੋਂ ਬਜਰੰਗੀ ਆ ਕੀ ਲੈਣਾ ਕੋਟਣਾ ਜਾ ਵੈਸੇ ਤਾਂ ਲੈ ਬੈਣਾ ਸਰ ਇਹਨਾਂ ਦਾਦਾ ਕੀ ਹੁੰਦਾ ਸੀ ਉਹਦੇ ਤੇ ਆ ਰਹੇ ਸਾਡਾ ਦਾਦਾ ਤਾਂ ਬਾਹਲਾ ਤਗੜਾ ਕੀ ਸੀ ਤੇਰੇ ਵਰਗੇ ਦਾ ਤਵੀਤ ਬੜਾ ਕਰਦਾ ਸੀ ਉਹ ਇੱਕ ਹੋਰ ਫੈਰ ਕੱਢ ਦੇ ਖਾਣ ਲੱਗਾ ਦਾ अच्छा
मेनू बड़ी वधिया लगदी यार इसे करके आप रखी लिया होर कढ़िए लो भी सोहणे वीरो चाह आ गई है की खाना थोड़ी थोड़ी खा दें बापू वाली चांदी की डब्बी बोले नहीं तो डैडी इतने बिना खाई एड वड्डा हो गया लै बजरंगी चाह चक नहीं बिमार हों वड्डा हो गया बिमार होया निके होंगे की होना छे चार है फ्रेगरेंस आऊगी तू वेखी चल जे बनता की ਇਹ ਹਜੇ ਤੂੰ ਜਦੋਂ ਮਸਾਲੇ ਜੇ ਪੈ ਕੇ ਤੇ ਪ੍ਰੋਪਰ ਇਹ ਤਾਂ ਹੱਲੇ ਕੱਲੇ ਬਟੇਰੇ ਹੀ ਆ ਤੇ ਇਹਨਾਂ ਜੇ ਥੋੜਾ ਜਿਹਾ ਮੁੱਠੀ ਭਰ ਦਾ ਮਸਾਲੇ ਪਾਏ ਆ ਹੋਰ ਤਾਂ ਇਹ ਚ ਪਾਏ ਕੁਛ ਨਹੀਂ ਹਜੇ ਹਜੇ ਜਦੋਂ ਕੀ ਕਹਿੰਦੇ ਆ ਤੜਕਾ ਜਿਹਾ ਲੱਗਣਾ ਇਹਨੂੰ ਉਦੋਂ ਵੇਖੀ ਨਜ਼ਾਰਾ ਆਉਂਦਾ ਆਹ ਤਾਂ ਮਾੜਾ ਦਸ ਮਿਕਸ ਚ ਕੀ ਕੁਛ ਕਰਨਾ ਫਿਰ ਬੰਦਿਆਂ ਨੂੰ ਪਤਾ ਨਹੀਂ ਲੱਗਦਾ ਬਣਾਉਣਾ ਕਿਵੇਂ ਅਸੀਂ ਤਾਂ ਇੱਕ ਤਾਂ ਮਗਾ ਤੋਂ ਕਾਲੀ ਮਿਰਚਾਂ ਪਾ ਦਿਆ ਠੀਕ ਹੈ ਤੋ ਆਹ ਜਲਵੱਤਰੀ ਹੈ ਜਲਵੱਤਰੀ ਵੀ ਪਾ ਲਓ ਜੀ ਮਿਕਸੀ ਦੇ ਵਿੱਚ ਜਿੰਨੇ ਕੁ ਆਪਾਂ ਪਹਿਲਾਂ ਯੂਜ਼ ਕਰਨੇ ਸੀ ਨਾ ਉਹ ਕਰ ਲਏ ਹੋਏ ਆ ਤੇ ਹੁਣ ਜਿਹੜਾ ਬਾਕੀ ਸਮਾਨ ਆ ਉਹਨੂੰ ਆਪਾਂ ਗ੍ਰਾਈਂਡ ਕਰਕੇ ਗ੍ਰਾਈਂਡਰ ਦੇ ਵਿੱਚ ਆ ਗਿਆ ਆਪਣੀ ਮੋਟੀ ਇਲਾਚੀ ਆ ਮੋਟੀ ਇਲਾਚੀ ਸਾਰੀ ਰੋਕੇਗਾ ਹਾਂਜੀ ਠੀਕ ਆ ਇਹ 10 ਕਿਲੋ ਦੇ ਹਿਸਾਬ ਨਾਲ ਸੀਗਾ ਨਾ ਸਮਾਨ ਹਾਂਜੀ 8.5 ਲਿਆਂਦਾ ਆਪਾਂ ਸਮਾਨ ਇਹ ਆਪਾਂ ਇਹਦੇ 'ਚ ਰੱਖਣਾ ਅੱਛਾ ਹਾਂ ਘਰ ਵਾਸਤੇ ਅੱਛਾ ਘਰ ਵਾਸਤੇ ਰੱਖਣਾ ਇਹ ਦੋਸਤੋ ਲਾਈਵ ਗਰਮ ਮਸਾਲਾ ਬਣਦਾ ਪਿਆ ਇਹਨੂੰ ਆਪਾਂ ਰਗੜਾਂਗੇ ਨਾ ਮਿਕਸੀ 'ਚ ਤੇ ਵਧੀਆ ਬਣ ਜਾਣਾ ਇਹਦੇ 'ਚ ਹੋਰ ਮਸਾਲਾ ਮੰਨ ਲਓ ਆਪਾਂ ਨੁਕਸਾਨ ਕਰਦਾ ਉਹ ਕਰਦਾ ਉਹ ਚੀਜ਼ ਨਹੀਂ ਕਰੂਗਾ ਇਹ ਆਪਣਾ ਹੋਰ ਦਾ ਮਸਾਲਾ ਕਰਦਾ ਬਣਿਆ ਹੋਇਆ ਸਾਬਤਾ ਸਮਾਨ ਸਾਰਾ ਪਾ ਲਿਆ ਇਹਨੂੰ ਚੰਗੀ ਤਰ੍ਹਾਂ ਗ੍ਰਾਈਂਡ ਕਰ ਲੈਣਾ ਜੁਆਇਨ ਵੀ ਇਹਦੇ ਵਿੱਚ ਹੀ ਪਾ ਲਈ ਜੁਆਇਨ ਸੁਣਿਓ ਤਾਂ ਪਾਈ ਹੋਈ ਆ ਵੀ ਸਵਾਦ ਸਵਾਦ ਚ ਬੰਦਾ ਖਾ ਜਾਂਦਾ ਬਦੋ ਬਦੀ ਜ਼ਿਆਦਾ ਤੇ ਹਾਜ਼ਮਾ ਫਿਰ ਵਧੀਆ ਰੱਖਦੀ ਆ ਜੁਆਇਨ ਇਹਨੂੰ ਹਜ਼ਮ ਕਰਨ ਦੇ ਵਿੱਚ ਪ੍ਰੋਬਲਮ ਨਹੀਂ ਆਊਗੀ ਐਸਿਡਿਟੀ ਨਹੀਂ ਬਣੂਗੀ ਇਸ ਤਰੀਕੇ ਨਾਲ ਬਣਾਉਂਗੇ ਆਹ ਆਪਣੇ ਬਟੇਰਿਆਂ ਦੇ ਉੱਤੇ ਢੱਕਣ ਲਾ ਛੱਡਿਆ ਅੰਦਰ ਅੰਦਰ ਇਹ ਪੱਕ ਰਹੇ ਨੇ ਇਹਦਾ ਪਾਣੀ ਆ ਜਿਹੜਾ ਵਿੱਚ ਹੀ ਸੁੱਕੀ ਜਾਂਦਾ ਗੈਸ ਬਿਲਕੁਲ ਲਾਈਟ ਜੀ ਆ ਦੇਖ ਸਕਦੇ ਆ ਦੇਖੋ ਥੋੜੀ ਥੋੜੀ ਆਵਾਜ਼ ਆਉਂਦੀ ਵਿੱਚੋਂ ਅੱਖ ਚ ਮੱਕਣ ਤੋਂ ਪਹਿਲਾਂ ਵੀ ਖੁੱਲ ਜਾਂਦਾ ਯਾਰ ਸਲਾਈਸਿਸ ਕਰ ਦੇਂਗੇ ਸਲਾਈਸਿਸ ਇਹ ਆ ਬਾਰਡਰ ਵਾਲੇ ਲੋਕਾਂ ਦਾ ਹਥਿਆਰ ਮੌਕੇ ਦਾ ਹਥਿਆਰ ਜੇਬ ਚੋਂ ਕੱਢ ਕੇ ਬੰਦਾ ਬੰਦਾ ਮਾਰ ਦਿੰਦੇ ਆ ਤੇਰਾ ਨਾਂ ਤਿੰਨਾ ਚਾਕੂ ਪਤਾ ਲੱਗਿਆ ਕਿ ਗੈਂਗਸਟਰ ਨਵਾਂ ਆਇਆ ਪੰਜਾਬ ਚ ਆਵੇ ਤੂੰ ਆਪਦੀ ਕਰਦ ਜੀ ਵਿਖਾਉਂਦਾ ਸੀ ਨਾ ਆਵੇ ਸਾਡੀ ਕਰਦ ਵੇਖ ਤੂੰ ਲੈ ਕਰ ਗੱਲ ਤੇਰਾ ਚਾਕੂ ਖਾ ਦੇ ਬਰਾਬਰ ਕਿੱਥੇ ਕੇ ਜਾਉਂਦਾ ਆਪਾਂ ਇਹਨੂੰ ਉਂਗਲਾਂ ਤੇ ਮਾਰ ਕੇ ਫੇਣੇ ਆ ਜਦ ਨੁਕਸਾਨ ਕਿਹੜਾ ਕਰਦਾ ਲਿਆ ਲੈ ਕੱਢੀ ਉਂਗਲਾਂ ਕੱਲ ਜਿਵੇਂ ਬਾਈ ਕਹਿੰਦਾ ਕਿ ਛਾਲ ਮਾਰ ਗਿਆ ਤਾਂ ਆਪਾਂ ਵੱਢ ਕੇ ਦੇਖਦੇ ਹਾਂ ਕੱਲੇ ਕੋਠੇ ਤੇ ਖੜੇ ਸੀਗੇ ਕਹਿੰਦੇ ਛਾਲ ਮਾਰ ਗਏ ਤੇ ਇੱਕ ਛਾਲ ਹੀ ਮਾਰ ਗਿਆ ਉਹਦੀ ਆਪ ਉਹ ਸਾਰਾ ਕੁਝ ਟੁੱਟ ਗਿਆ ਹੁਣ ਦੱਸੇ ਪਿਆ ਉਹ ਲੱਕੜਾ ਸੁੱਟੋ ਬਾਲ ਨੂੰ ਤਾਂ ਭੱਠੀ ਦੇ ਨੇੜੇ ਹੋ ਜਾਓ ਚੱਲ ਕੋ ਨੀ ਇਹਨੂੰ ਮਾਫ ਆ ਇਹ ਲਾਡਲਾ ਵਾਸੀਆਂ ਮਾਰੀ ਜਾਂਦਾ ਚਾਹ ਪਿਓ ਆਪ ਘਰ ਕੋਲ ਮੋੜ ਲਿਆ ਚਾਹ ਨੀ ਪਈ ਨੇ ਵੇਖ ਲਾ ਆਪਦੇ ਬੂਹੇ ਗੱਡੀ ਨਹੀਂ ਅੱਜ ਮੈਂ ਆਖਿਆ ਵੀ ਨਵੀਂ ਗੱਡੀ ਲੈ ਵੀ ਅੱਜ ਕੱਢ ਲੇਗਾ ਨਾ ਇਹ 2 ਕਿਲੋਮੀਟਰ ਇਹ 2 ਕਿਲੋਮੀਟਰ ਆਲਟੋ ਆ ਗਈ ਤੇ ਉਹ ਲਾਇਆ ਵਿਖਾ ਤੇ ਦੇ ਕਿਹੜੇ ਕਲਰ ਦੀ ਲਈ ਇਹ ਕੋਈ ਨਹੀਂ ਜਾ ਕੇ ਚੱਲ ਲੋੜ ਜਾ ਕੇ ਹੁਣ ਗੱਡੀ ਸਵੇਰ ਵੇਖਣ ਜਾਈਏ ਤੇਰੀ ਐਵੇਂ ਨਹੀਂ ਸਾਡੇ ਰੂਫ ਵਾਲੀ ਹੈ ਤੇਰੀਆਂ 2 ਗੱਡੀਆਂ ਚਲਾਉਂਦਾ ਆਪਦੀ ਖੱਚੇ ਇਹ ਮੇਰੇ ਜਾਣ ਕੇ ਇਹ ਇਹ ਪਤਾ ਇਹਨਾਂ ਦਾ ਰਾਜ ਹੀ ਹੈ ਕਾਮਯਾਬੀ ਦਾ ਹੋਰ ਚੱਲ ਜਾਓਗੇ ਇਹਨਾਂ ਪੈਸੇ ਕਰੇ ਲੈ ਵੀ ਹੁਣ ਆ ਗਿਆ ਬਜਰੰਗੀ ਇਧਰ ਆ ਗਿਆ ਬਜਰੰਗੀ ਵਿਖਾ ਮੜਾ ਯਾ ਕੀ ਕੀਤੇ ਮਸਾਲੇ ਦਾ ਸਾਰੇ ਜਿਹੜੇ ਮਸਾਲੇ ਮਸੂਲੇ ਸੀ ਨਾ ਸਾਰਿਆਂ ਨੂੰ ਬਰੜ ਕੇ ਆਪਾਂ ਉਹਦੇ ਚ ਗ੍ਰਾਈਂਡਰ ਜੇ ਚ ਤੇ ਬਣਾਦਾ ਰੈਡੀ ਹੋ ਗਿਆ ਉਧਰ ਕਿੰਨਾ ਚਿਰ ਲੱਗਣਾ ਹੋਰ ਬੱਠਲ ਕਦੋਂ ਚੱਕਣਾ ਆਪਾਂ 15-20 ਮਿੰਟ ਲੱਗ ਜਾਣਾ ਹੋਰ 15-20 ਮਿੰਟ ਹੋਰ ਲੱਗਣੇ ਅਜੇ ਚਲੋ ਸਬਰ ਕਰਕੇ ਬੈਠੇ ਰਹੋ ਸੰਗਤੋ ਚਾਹ ਆਉਂਦੀ ਪਈ ਆ ਲੱਕੜਾ ਮਗਾ ਜੋਰੇ ਹੁਣੀ ਕਿੱਥੇ ਪਹੁੰਚੇ ਇੱਥੇ ਬਾਲ ਗਿਆ ਕੱਚੀ ਦਾ ਸੀ 15-15 ਮਿੰਟ ਲੱਗ ਗਏ ਚੱਲ ਆ ਜਾਂਦੇ ਮੈਂ ਧੂਣੀ ਪਾਉਣੀ ਆ ਪਾ ਲੈਨੇ ਯਾਰ ਲਸਣ ਛਲਾਓ ਮੁੰਡਿਓ ਪਿਛਲੀ ਵੀਡੀਓ 'ਚ ਆਪਾਂ ਨੂੰ ਗਾਲਾਂ ਬੜੀਆਂ ਕੱਢੀਆਂ ਲੋਕਾਂ ਨੇ ਆਉਂਦੇ ਤੁਸੀਂ ਡੱਕਾ ਨਹੀਂ ਤੋੜਿਆ ਬਜਰੰਗੀ ਦੇ ਨਾਲ ਹੈਲਪ ਨਹੀਂ ਕਰਾਈ ਕਿੰਨਾ ਟਾਈਮ ਹੋ ਗਿਆ ਇਹਨੂੰ ਬੰਦ ਕੀਤੇ ਨੂੰ ਮੰਨ ਲੈ 20 ਮਿੰਟ ਹੋ ਗਏ ਵੇ ਵੇ ਬੱਦਲ ਜਾਂਦਾ ਤਾਂ ਨੂੰ ਆ ਇਹ ਬਣੀ ਨਾ ਗੱਲ ਕੈਮਰੇ ਦੇ ਪਾਫਾਂ ਜੰਮ ਜਾਣਗੀਆਂ
25 ਮਿੰਟਾਂ ਬਾਅਦ ਬੱਠਲ ਚੁੱਕਿਆ ਸੀ ਇੱਕ ਵਾਰੀ ਉਹਨੂੰ ਹਿਲਾ ਕੇ ਤੇ ਦੁਬਾਰਾ ਫਿਰ ਬੱਠਲ ਰੱਖਤਾ ਮਾੜਾ ਮੋਟਾ ਪਾਣੀ ਇਹਦੇ 'ਚ ਮਾਮੂਲੀ ਜਿਹਾ ਥੋੜ੍ਹੀ ਜਿਹੀ ਤੇਜ਼ ਕਰਕੇ ਗੈਸ ਇਹਨੂੰ ਛੱਡਾਂਗੇ ਫਿਰ 15 ਮਿੰਟਾਂ 10-15 ਮਿੰਟਾਂ ਲਈ ਪੱਕਣ ਵਾਸਤੇ ਇਧਰ ਆਪਣੀ ਧੂਣੀ ਪੈ ਰਹੀ ਆ ਮੁੰਡੇ ਠੰਡ ਬਹੁਤ ਮਨਾ ਰਹੇ ਨੇ ਨਿੱਕੇ ਹੁੰਦੇ ਬਿਮਾਰ ਹੋ ਗਏ ਸੀ ਕਈ ਜਣੇ ਹੈ ਆ ਗਿਆ ਸੀ ਨਿੱਕਾ ਹੁੰਦਾ ਨਹੀਂ ਨਿੱਕੇ ਹੁੰਦੇ ਵੀ ਅੱਖਾਂ ਬੰਦ ਹੀ ਰਹਿੰਦੀਆਂ ਸੀ ਤੇਰੀਆਂ ਜਦੋਂ ਚਾਰ ਪਾਪਾ ਸੀ ਕਿਵੇਂ ਸੀ ਉਹ ਮੈਂ ਨਹੀਂ ਸੀ ਉੱਥੇ ਜਦੋਂ ਮੈਨੂੰ 500 ਰੁਪਏ ਇਨਾਮ ਦਿੱਤੇ ਸੀ ਕਿੱਥੇ ਅੱਛਾ ਔਰ ਉਹ ਬਟਿੰਡਾ ਰੋਡ ਤੇ ਠੀਕ ਠੀਕ ਹਾਂ ਸਾਹਿਬ ਨੇ ਜਿਹਾ ਇਹਨੂੰ ਨੇ ਪੈਸੇ ਕਿਵੇਂ ਦੇ ਦਿੱਤੇ ਤੂੰ ਇਹ ਤਾਂ ਪੈਸੇ ਦਿੰਦਾ ਹੀ ਨਹੀਂ ਇਹ ਤਾਂ ਪੈਸੇ ਨੂੰ ਦਿੰਦਾ ਹੀ ਨਹੀਂ ਹੁੰਦਾ ਕਰਦੇ ਇਹਨੂੰ ਨਹੀਂ ਦਿੰਦੇ ਤੁਹਾਨੂੰ ਲੱਗਦਾ ਨਹੀਂ ਦਿੱਤੇ ਸੀ ਨਾ ਮੈਨੂੰ ਮਿਲਿਆ ਸੀ ਨਾ ਅੱਛਾ ਅੱਜ ਇਹਨੂੰ ਮਿਲੇ ਸੀ ਉਹਨੂੰ ਪੁੱਛੋ ਨਾ ਸਟੈਲਾ ਆ ਗਈ ਬਈ ਇਹਦੀ ਡੀਵਾਰਮਿੰਗ ਕਰ ਲਓ ਨਹੀਂ ਦੇਣ ਦੇ ਭੋਗ ਪੈਣ ਵਾਲਾ ਜੀ ਉਹ ਡੀਵਾਰਮਿੰਗ ਨਹੀਂ ਯਾਰ ਇਹ ਬੁੱਢੀ ਵਾਲੀ ਹੋ ਗਈ ਹੁਣ ਇਹ ਤੂੰ ਇਹ ਵੇਖ ਲੈ ਮੇਰਾ ਡਾਕਟਰ ਕੋਲ ਲੈ ਗਿਆ ਇਹਦੇ ਸਾਰੇ ਜਿਹੜੇ ਲੀਵਰ ਕਿਡਨੀ ਦੇ ਟੈਸਟ ਜਿਹਾ ਕਰਾਏ ਸੀਬੀਸੀ ਕਰਾਇਆ ਸਾਰਾ ਕੁਝ ਇਹਦਾ ਨਾਰਮਲ ਆਇਆ ਡਾਕਟਰ ਕਹਿੰਦਾ ਵੀ ਇਹ ਜਿਵੇਂ ਫੈਂਸੀ ਕੁੱਤਾ ਇਹ ਵੀ ਇੰਨੇ ਫੈਂਸੀ ਕੁੱਤਿਆਂ ਦੀ ਇੰਨੀ ਜ਼ਿਆਦਾ ਉਮਰ ਹੋਵੇ ਤੇ ਇੰਨੇ ਟੈਸਟ ਨਾਰਮਲ ਨਹੀਂ ਆਉਂਦੇ ਕਦੀ ਵੀ ਇਹਦੇ ਸਾਰੇ ਦੰਦ ਟੁੱਟ ਗਿਆ ਇਹਨੂੰ ਮਾਸ ਵੀ ਪੋਲਾ ਪੋਲਾ ਦੇਈਦਾ ਬਿਨਾਂ ਹੱਡੀ ਵਾਲਾ ਵਿਚਾਰੀ ਤਾਂ ਖਾਧਾ ਨਹੀਂ ਨਾ ਜਾਂਦਾ ਯਾਰ 13 ਸਾਲ ਹੋ ਗਏ ਹਾਂ ਇੰਨੇ ਇੰਨਾ ਟਾਈਮ ਕੱਢਦਾ ਨਹੀਂ ਕੋਈ ਕੁੱਤਾ ਗਿਨੀ ਬੁੱਕ ਚ ਦਿਖਾ ਦੇਣਾ ਗਿਨੀਜ਼ ਬੁੱਕ ਵਾਲਾ ਤਾਂ 32 ਸਾਲਾਂ ਦਾ ਕੁੱਤਾ ਲੰਡਨ ਚ ਰਹਿੰਦਾ ਵਾਨ ਵਾਲੇ ਦੀ ਬੁੱਕ ਚ ਲਗਾ ਦਿੰਨੇ ਪਿੰਡ ਵਾਲੀ ਚ ਵਾਲ ਆਉਣ ਲੱਪੇ ਯਾਰ ਕੁੱਤੇ ਦੇ ਚਟਾ ਆਏ ਵੇਖੇ ਕਦੀ ਬਿਲਕੁਲ ਜੈਡ ਬਲੈਕ ਸੀ ਇਹ ਹਲੋ ਕਾਕਰ ਸਪੈਨੀਅਲ ਆ ਇਹ ਬੜੀ ਵਧੀਆ ਨਸਲ ਆ ਤੁਹਾਨੂੰ ਪਤਾ ਲੱਗਦਾ ਉਹ ਕਾਲੀ ਇਹ ਨਾ ਵੀ ਕਿੰਨਾ ਗਰੇ ਗਿਆ ਪਾਣੀ ਇਹਨੇ ਇਹ ਤਾਂ ਤਿਆਰ ਹੋ ਗਿਆ ਹੈ ਇਹ ਤਿਆਰ ਹੈ ਜਮਾ ਹਾਂ ਤਿਆਰ ਆ ਦੇਖੋ ਇਹ ਆ ਨਜ਼ਾਰਾ ਇਹ ਆ ਪਿੰਡਾਂ ਦੀ ਜ਼ਿੰਦਗੀ ਸ਼ਹਿਰ ਦੀ ਗੱਲ ਕੋਈ ਜ਼ਿੰਦਗੀ ਨਹੀਂ ਹੈਗੀ ਹਲੋ ਫੜੋ ਯਾਰ ਇੱਕ ਗੰਢੀ ਫੜੋ ਆਪਾਂ ਕਾਚੂ ਤੋਂ ਕੰਮ ਲੈ ਲਈ ਆਪਾਂ ਫਿਰਦੇ ਮੈਂ ਬਹੁਤ ਜ਼ਰੂਰੀ ਕੰਮ ਕਰ ਸਕਦਾ ਕਾਚੂ ਇਹਨੂੰ ਆਪਦੀ ਝੋਲੀ 'ਚ ਰੱਖ ਲਾ ਮੈਂ ਇੱਧਰ ਮਾਲ ਲੱਗ ਜਾਂਦਾ ਬਾਈ ਦਾ ਐਡਾ ਵੀ ਫਰੈਗ ਨਾ ਮੇਰੇ ਨਾਲ ਚਾਰ ਗੱਡੀਆਂ ਠੋ ਗਿਆ ਮੋਟੀਆਂ ਗੱਡੀਆਂ ਵਾਲਾ ਨਹੀਂ ਲੈ ਕੇ ਆਉਂਦਾ ਤੈਨੂੰ ਮੈਂ ਆਖਿਆ ਸੀ ਓ ਯਾਰ ਇਦੂ ਬਣਾਉਣਾ ਮੈਂ ਆਪ ਘਰੇ ਕੁਝ ਬਣਾ ਕੇ ਲਿਆਇਆ ਮੋਟੀਆਂ ਵਾਲਾ ਲਿਆਉਂਦਾ ਮਿੰਟੋ ਮਿੰਟ ਹੀ ਛਿੱਲਿਆ ਜਾਂਦਾ ਖੇਤ ਲਾ ਰਾਣੀ ਵਿਖਾ ਕੇ ਲਿਆਉਂਗਾ ਤੈਨੂੰ ਬੜੀ ਵਧੀਆ ਗੱਡੀ ਪਾਕਿਸਤਾਨ ਦਾ ਪਾਕਿਸਤਾਨ ਵਾਲਾ ਮਤਲਬ ਆ ਜਿੱਡਾ ਆਹ ਗੰਢਾ ਜਾਂ ਨਾ ਹਾਂ ਇਹਦੇ ਚ ਲਾਲਾ ਸਾਹਿਬ ਵੀ ਹੱਦ ਤੋਂ ਹੱਦ 10 ਫਾੜੀਆਂ ਨਿਕਲਦੀਆਂ ਮੋਟਰ ਫਾੜੀਆਂ ਨੂੰ ਛਿੱਲਿਆ ਜਾਂਦਾ ਕਸ਼ਮੀਰ ਵੀ ਬਹੁਤ ਵੱਡਾ ਮਿਲਦਾ ਜੰਮੂ ਕਸ਼ਮੀਰ ਮੈਂ ਕੀ ਬੋਲ ਗਿਆ ਤੁਹਾਡੇ ਵਾਸਤੇ ਕੀ ਲਿਆਉਣੀ ਸੀ ਪਿੰਡੋਂ ਲਿਆਉਣਾ ਸੀ ਪੰਜਾਹ ਬਟੇਰੇ ਦਾ ਪਾ ਰਹੇ ਹਾਂ ਪੰਜਾਹ ਬਟੇਰਿਆਂ ਦਾ ਬਣਦਾ ਸੀਗਾ ਫੇਕ ਕਿਲੋ ਮਾਲ ਤਾਂ ਫਿਰ ਉਹਦੇ ਬਾਅਦ ਆਪਾਂ ਵਧਾ ਤਾ ਥੋੜਾ ਜਿਹਾ ਹੁਣ ਆਪਾਂ 2 ਕਿਲੋ ਹੋਰ ਐਡ ਕੀਤਾ ਬਿਲਕੁਲ ਡਰਾਈ ਹੋ ਗਿਆ ਦੇਖੋ ਇਹਦੇ ਉੱਤੇ ਆਪਾਂ ਕੁਛ ਮਸਾਲਾ ਵੀ ਪਾਇਆ ਗ੍ਰਾਇੰਡ ਕੀਤਾ ਚੱਲ ਬਜਰੰਗੀ ਇੱਥੇ ਰੱਖ ਜਿਹੜਾ ਆਪਣਾ ਪਕਾਉਣ ਵਾਲਾ ਸਿਸਟਮ ਸੀ ਨਾ ਚਾਰ ਪੱਕਣ ਦਾ ਕੰਮ ਹੋ ਚੁੱਕਿਆ ਹੁਣ ਸਿਰਫ ਫਿਰ ਇਹਨੂੰ ਆਪਾਂ ਮਸਾਲੇ ਐਡ ਕਰਕੇ ਫਲੇਵਰਸ ਦੇਣੇ ਆ ਜਿਹੜਾ ਮਸਾਲਾ ਆਪਾਂ ਕੀਤਾ ਸੀਗਾ ਗ੍ਰਾਇੰਡ ਅਤੇ ਬਾਕੀ ਜਿਹੜਾ ਆਹ ਧਨੀਆ ਸੀ ਹਲਦੀ ਸੀ ਮਿਰਚਾਂ ਸੀ ਇਹ ਚੀਜ਼ਾਂ ਜਿਹੜੀਆਂ ਲਿਆਉਂਦੀਆਂ ਅਤੇ ਇਹ ਹੁਣ ਬਾਅਦ 'ਚ ਪੈਣਗੀਆਂ ਅਦਰਕ ਅਤੇ ਲਸਣ ਵੀ ਬਾਅਦ 'ਚ ਪਊਗਾ ਇੱਧਰ ਮੁੰਡਾ ਬਹੁਤ ਜ਼ਿਆਦਾ ਮਿਹਨਤ ਕਸ਼ ਮੁੰਡਾ ਲੱਗਿਆ ਹੋਇਆ ਉਹ ਪਰਲਾ ਤਾਂ ਇਕੱਲੀਆਂ ਸਲਾਹਾਂ ਵਾਲਾ ਹੀ ਆ ਸਲਾਹ ਦਿੰਦੇ ਘਰੇ ਕਰਦੇ ਇਹਦੀ ਕੋਈ ਸਲਾਹ ਨਹੀਂ ਲੈਂਦੇ ਹਾਂ ਇਹਦੇ ਘਰੇ ਨਾ ਕੋਈ ਸਲਾਹ ਲਈ ਜਾਂਦੀ ਨਾ ਮੰਨੀ ਜਾਂਦੀ ਫਿਰ ਬਾਹਰ ਆ ਕੇ ਸਲਾਹਾਂ ਦਿੰਦਾ ਬਾਹਰਲੇ ਸਾਰੇ ਮੰਨਦੇ ਤੇ ਅਸੀਂ ਤੇਰਾ ਦਿਲ ਥੋੜਾ ਤੋੜ ਸਕਦੇ ਤੂੰ ਭਰਾ ਹੈ ਸਾਡਾ ਬੰਨਾ ਨੇ ਵਕੀਲ ਸੀ ਛੋਟਾ ਦਾ ਬਿਮਾਰ ਹੋ ਗਿਆ ਉਹ ਸ਼ੌਕ ਨਹੀਂ ਪੂਰਾ ਹੋਇਆ ਫਿਰ ਤਾਂ ਲੋਕਾਂ ਨੂੰ ਸਲਾਹਾਂ ਦਿੰਦਾ ਜਾ ਕੇ ਵਕੀਲ ਵਾਲਾ ਕੰਮ ਕਰਦਾ ਨਹੀਂ ਵਕੀਲਾਂ ਵਾਲਾ ਹੁਣ ਵੀ ਕਰਦਾ ਇਹ ਜਾਂਦਾ ਕੋਟ ਕੋਟ ਅੱਛਾ ਤਰੀਕ ਪੈਂਦੀ ਜੱਟ ਦੀ ਕਦੋਂ ਕੋਲ ਕੀਤਾ ਸੀ ਹੈ ਲੀਟਰ ਤੇਲ ਵਾਲੀ ਇੱਕ ਬੋਤਲ ਪਹਿਲਾਂ ਵਾਲਾ ਜਿਹੜਾ ਲੀਟਰ ਤੇਲ ਸੀਗਾ ਉਹਦੇ ਵਿੱਚੋਂ ਥੋੜਾ ਜਿਹਾ ਬਚਿਆ ਉਹ ਵੀ ਸਾਰਾ ਇਹਦੇ ਵਿੱਚ ਪਾ ਦੇਣਾ ਹੁਣ ਅੱਗੇ ਇਧਰ ਬਲਦੀ ਨਹੀਂ ਪਈ ਚੋਬਰਾਂ ਤੋਂ ਕੜਾਹੀ ਤਿਆਰ ਹੈ ਝੋਂਕਾ ਲਗਾਉਣਾ ਬਾਕੀ ਹੈ ਕਿੱਥੋਂ ਤੋੜ ਕੇ ਖਾਧਾ ਜੀ
ਵਿਖਾ ਤੂੰ ਖਾ ਪਹਿਲਾਂ ਤੂੰ ਖਾ ਮੈਂ ਤਾਂ ਦਰਸ਼ਕਾਂ ਨੂੰ ਵਿਖਾ ਰਿਹਾ ਤੇਲ ਬਾਈ ਜੀ ਚਿੱਟਾ ਜਿੰਨਾ ਚਿਰ ਬਜਰੰਗੀਆਂ ਦਾ ਵੀ ਜਿੰਨਾ ਚਿਰ ਆਪਦਾ ਰੰਗ ਨਹੀਂ ਨਾ ਛੱਡਦਾ ਤੇਲ ਜਮਾਂ ਚਿੱਟਾ ਹੋ ਜੇ ਉਦੋਂ ਆਪਾਂ ਇਹਨੂੰ ਹਟਣਾ ਇਹਨੂੰ ਉਹਨਾਂ ਚਿਰ ਕੁਰਪਣਾ ਕੁਰਚਣਾ ਮਾਰੀ ਜਾਓ ਐਸ ਫੁੱਲ ਗੈਸ ਤੇ ਆਉਣ ਭੱਠੀ ਦੇ ਹਿਸਾਬ ਨਾਲ ਤਾਂ ਅੱਧੀ ਕਹਿ ਪਰ ਊਂ ਆਪਾਂ ਜੇ ਘਰੇ ਬਣਾਉਣਾ ਹੋਵੇ ਤਾਂ ਫੁੱਲ ਗੈਸ ਤੇ ਤੇਲ ਨੂੰ ਪਕਾਓ ਗਿੰਦਰ ਨਾਨਕਾ ਮੇਲ ਤਾਂ ਮੈਂ ਖਾਣਾ ਜਾ ਏ ਬੇਇੱਜ਼ਤੀ ਕਰਾ ਦੀ ਯਾਰ ਤੂੰ ਯਾਰ ਇਹਨਾਂ ਦਾ ਕੀ ਇਹਦੀ ਨਾਨਕਾ ਮਰਦੀ ਨੀ ਨਾ ਉੱਥੇ ਕੱਲਾ ਜਾਣਾ ਸੀ ਮੈਂ ਨੱਪੀ ਰੱਖਿਆ ਪਾਣੀ ਵਰਗਾ ਹੋ ਗਿਆ ਜਮਾ ਪਾ ਫਿਰ ਜੀਰਾ ਸਾਰੇ ਦਾ ਸਾਰਾ ਜੀਰਾ ਇੱਕ ਵਾਰੀ ਚ ਉਹਦੇ ਬਾਅਦ ਆਪਾਂ ਜਿਹੜਾ ਲਸਣ ਤੇ ਅਦਰਕ ਛਿਲਿਆ ਸੀਗਾ ਇਹਨੂੰ ਕੀ ਬੋਲਦੇ ਹਾਫ ਗ੍ਰਾਇੰਡ ਕੀਤਾ ਇਹਨੂੰ ਹਾਫ ਗ੍ਰਾਇੰਡ ਕੀਤਾ ਦਰਸ਼ਕਾਂ ਦੀ ਉਤਸੁਕਤਾ ਵਧੀ ਹੋਈ ਹੈ ਪੂਰੀ ਪਹਿਲਾਂ ਅਦਰਕ ਗਿਆ ਉਸ ਤੋਂ ਬਾਅਦ ਲਸਣ ਜਾਊਗਾ ਵਿੱਚ ਮਸਾਲਾ ਤਾਂ ਇਕੱਲਾ ਜੀਰਾ ਹੀ ਪਾਇਆ ਹਜੇ ਤੱਕ ਆਪਾਂ ਅੱਜ ਲੱਗੀ ਰੌਣਕ ਪੂਰੀ ਇੱਕ ਜਣਾ ਲਾਓ ਸਿਲੰਡਰ ਇੱਥੇ ਖੜ ਕੇ ਹੁਣ ਹਲਦੀ ਕਿੰਨੀ ਕੁ ਬਸ ਮੰਨ ਲਓ ਕਿ 50 ਗ੍ਰਾਮ 50 ਗ੍ਰਾਮ ਮਿਰਚਾਂ ਵੈਸੇ ਆਪਾਂ 200-200 ਗ੍ਰਾਮ ਸਮਾਨ ਕਿਉਂ ਲਿਆਂਦਾ ਫਿਰ ਜੇ 50-50 ਪਾਉਣਾ ਸੀ ਨਾ ਇਹਦਾ ਵੀ ਇੱਕ ਵਾਰੀ ਨਾਲ ਨੀ ਮੈਨੂੰ 4 ਵਾਰੀ ਪਾਉਣਾ ਹੀ ਪੈਣਾ ਜਿਹੜੇ ਹਿਸਾਬ ਨਾਲ ਬੰਦੇ ਇਕੱਠੇ ਆ ਤਾਂ ਬਟੇਰੇ ਤਾਂ ਹੁਣੇ ਹੀ ਮੁੱਕ ਜਾਣੇ ਆ 4 ਪਾਉਣ ਦੀ ਲੋੜ ਹੀ ਦੂਜੇ ਵਾਂਗ ਬਣਾ ਲੈਂਦੇ ਤਰੀ ਵਾਲੇ ਇਹ ਕਿਹੜਾ ਰਹਿਣਾ ਜਦ ਕੋਈ 2 ਦਿਨ ਤਾਂ ਕੱਟਣੇ ਵੀ ਨੀ ਇਹਨੇ ਇਹਦੇ ਪੈਰ ਹੀ ਨੀ ਲੱਗਣੇ ਜਿੰਨਾ ਕੁ ਹੈਗਾ ਪਿਛਲੇ ਵਾਰੀ 4 ਪਾਇਆ ਬੱਕਰੇ ਦਾ ਤੇ ਵੀਡੀਓ ਪਾ ਦਿੱਤੀ ਤੇ ਹਫਤੇ ਚ ਸਾਰਾ ਵਰਤਾਇਆ ਗਿਆ ਲਓ ਜੀ ਹੁਣ ਫਾਈਨਲੀ ਆਪਾਂ ਬਟੇਰਿਆਂ ਨੂੰ ਇਹਦੇ ਵਿੱਚ ਪਲਟਤਾ ਹੁਣ ਸਾਰੇ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਓ ਜਿੰਨੇ ਮਸਾਲੇ ਆਪਾਂ ਵਿੱਚ ਪਾਏ ਉਹ ਸਾਰੇ ਬਟੇਰਿਆਂ ਦੇ ਉੱਤੇ ਲੱਗ ਜਾਣੇ ਚਾਹੀਦੇ ਆ ਆਹਾ ਮਹਿਕਾਂ ਵੇਖੋ ਯਾਰੇ ਕਰ ਚੈੱਕ ਇੱਕ ਜਣਾ ਸਿਲੰਡਰ ਲਾਓ ਯਾਰ ਇਹ ਤਾਂ ਗੱਲ ਨਹੀਂ ਬਣਨੀ ਆਪਣੀ ਗੈਸ ਘੱਟ ਜਾਂਦੀ ਹੈ ਚੱਲਦੀ ਚੱਲਦੀ ਆਵੇ ਆਹ ਚੱਲਿਆ ਵੱਡਾ ਸਿਲੰਡਰ ਛੋਟਾ ਸਿਲੰਡਰ ਹਲਾਊਗਾ ਉਹ ਤੋਂ ਲਾਈ ਚੱਲੀ ਦੱਬੀ ਚੱਲ ਜੋਬਨ ਤੇ ਆਈ ਆ ਪੂਰੀ ਗੈਸ ਹੁਣ ਕਿਆ ਬਾਤ ਹੈ ਕਿਆ ਬਾਤ ਹੈ ਫ੍ਰੈਗਰੈਂਸ ਤਾਂ ਵਾਕਈ ਨਜ਼ਾਰੇਦਾਰ ਹੈ ਨਾ ਫੋਨ ਦੇ ਵਿੱਚ ਆਈ ਜਾਂਦੀ ਕੈਮਰੇ 'ਚ ਵੀ ਹਾਂ ਸਟੋਰੀਆਂ ਪੈ ਰਹੀਆਂ ਨੇ ਸਟੋਰੀਆਂ ਸਨੈਪਚੈਟਾਂ ਯਾਰ ਦੇ ਆਪਣੀ ਭੇਜ ਜਾਣ ਇੱਕ ਹੀ ਗਰੁੱਪ ਹੈ ਸਾਰਿਆਂ ਦਾ ਬਸ ਹੁਣ ਟੇਸਟ ਹੀ ਕਰਨਾ ਤੇ ਮੀਟ ਤਾਂ 8-9 ਕਿਲੋ ਸੀ ਰਹਿ ਥੋੜਾ ਜਿਹਾ ਗਿਆ ਸੁੱਕ ਗਿਆ ਤੇ ਤੂੰ ਜਿਮ ਜਾਣ ਨੂੰ ਛੱਡਿਆ ਕਰ ਤੈਨੂੰ ਐਂ ਪਕੜਾਈ ਚ ਪਾ ਕੇ ਥੋੜਾ ਤਲ ਦੇਣੇ ਤੂੰ ਵੀ ਸੁੱਕ ਜਾਏਗਾ ਐਵੇਂ ਜਿਮ ਦੇ ਪੈਸੇ ਖਰਾਬ ਕਰਦਾ ਨਾਲੇ ਸੋ ਰੋਜ਼ ਸਵੇਰੇ ਉੱਠਦਾ ਮਾਸੀ ਚੱਕਣਾ ਭੁੱਲ ਗਈ ਬਾਹਰੋਂ ਭੁੱਲ ਗਿਆ ਇਹ ਕਿਹੜਾ ਮਸਾਲਾ ਪਜਾਂਗੀ ਧਨੀਆ ਪਾਊਡਰ ਇਹ ਧਨੀਆ ਪਾਊਡਰ ਕਿੰਨਾ ਕੁ ਪਾਉਣਾ 50 ਗ੍ਰਾਮ ਹਾਏ ਹਾਏ ਸੁਗੰਧੀਆਂ ਦਾ ਬਾਈ ਆਇਆ ਨਜ਼ਾਰਾ ਕੁੱਕੜ ਪਿਛਲੇ ਵਾਰੀ ਬਾਂਗਾ ਬੜੀਆਂ ਦੇਂਦਾ ਸੀ ਪਤਾ ਲੱਗ ਜੂ ਇਹ ਸ਼ਿਕਾਰੀ ਹੁਣ ਪ੍ਰੈਕਟਿਸ ਕਰਨ ਚੱਲਿਆ ਲੈ ਬਜਰੰਗੀ ਇਹ ਚ ਪਾ ਲੋ ਡੈਡੀ ਦੇਖੋ ਵੇਖੋ ਲੋ ਜੀ ਆਪਾਂ ਦਾ ਵੇਖੋ ਵੇਖੋ ਦਾ ਕਰੋ ਜੀ ਕਿਵੇਂ ਬੈਲੈਂਸ ਦੇ ਮਸਾਲੇ ਜੋਰ ਕਰ ਚੱਕ ਇਹ ਤਾਂ ਇਕੱਠਾ ਹੀ ਆਊਗਾ ਪੀਸ ਕਿਉਂਕਿ ਸਾਬਤ ਹੀ ਰੱਖਿਆ ਆਪਾਂ ਕੱਟਿਆ ਨਹੀਂ ਉਹਨੂੰ ਜਿਵੇਂ ਛਿੱਲਿਆ ਨਾ ਜਿਹੜਾ ਆਪਣੇ ਆਪ ਕੋਈ ਚੱਲ 2 ਟੁੱਟੇ ਹੋ ਗਿਆ ਹੋ ਗਿਆ ਕੀ ਰਿਪੋਰਟ ਆ ਪੱਕਿਆ ਸਹੀ ਆ ਓਕੇ ਆ ਬਜਰੰਗੀ
ओके रिपोर्ट आजो भी आ जाओ सारे जने वेख लो बन गया चेक कर लो भी तसल्ली कर लो हुण तां जे कोई कमी पेशी आई तां देखो एक पीस बहुत स्वाद बने यार क्या बात है हाँ तो बकरे नाल ज्यादा नजारे वाला काम बकरे नाल ज्यादा स्वाद बनता है ना इहदे विच ज्यादा मसाला रजदा पर ਇਹ ਵੀ ਉਹ ਉਦੋਂ ਸਵਾਦ ਲੱਗਦਾ ਮੌਕੇ ਤੇ ਕਿਵੇਂ ਮੁੰਡਿਓ ਸਰਪੰਚ ਸਾਹਿਬ ਹਣ ਦੀ ਗੱਲ ਆ ਸ਼ਿਕਾਰੀ ਆ ਗਏ ਨੇ ਕੀ ਮਾਰ ਕੇ ਲਿਆਂਦਾ ਬਟੇਰਾ ਜਿਹੜੇ 85 ਬਟੇਰ ਆਪਾਂ ਹੀ ਤਾਂ ਮਾਰੇ ਇਹ ਤਾੜ ਕੇ ਨਾ ਉਹਨਾਂ ਦੀ ਧੋਣਾ ਤੇ ਰੱਖ ਰੱਖ ਮਾਰੀ ਫਿਰ ਭੁੱਲ ਜਾ ਗਰੰਟੀ ਦੇ ਦੇ ਨਾਲੇ ਡੱਬੇ ਨੂੰ ਮਾਰ ਜੇ ਤਾਂ ਅਸੀਂ ਤਾਂ ਪੰਪ ਦੇਣ ਵਾਲੇ ਆ उत्ते रख के ना बोतल रख नाली फिर ठोक फिर वेखी वजदा किवें नहीं यार कमाल लै वे हुण बोतल दी खैर नहीं ए जमा चोबर चोबर जमा नेड़े आ गया ओ तेरी ओवे वा डोलती के सारी डोलती बंदे ने किना पातले विच अज तक नप ला उत्ते अच्छा ता ही नहीं वजदे रे लै फिर आखरी आखरी निशान सिर पे रख सिर पे रख आखरी निशान नाना हर जन दा ए तू मारो लै मैं मारना लै लै मैं मार दा लै फट हुण तेरे शूटर ਰੌਂਦੇ ਨੂੰ ਪੱਕੀ ਪੱਕੀ ਦਾ ਪੱਟੀ ਜਦੋਂ ਸਿੱਖ ਦਾ ਰੌਂਦਾ ਫੜਾ ਇਹਨੂੰ ਲੱਗ ਜੇ ਕਾਣ ਵੱਡੇ ਸ਼ੂਟਰ ਦਾ ਪਤਾ ਨਹੀਂ ਕੱਲ ਤੇ ਰੱਖੋ ਯਾਰ ਰੱਖੀ ਉਹਦੇ ਮਾਰੋ ਪਰਲੀ ਦੇ ਨਹੀਂ ਵੱਜਣੀ ਹਾਂ ਕੀ ਬਾਤਾਂ ਨੇ ਕੀ ਬਾਤਾਂ ਨੇ ਹੁਣ ਰਾਣੇ ਦੀ ਵਾਰੀ ਲੱਗ ਜਾਂਦਾ ਪਤਾ ਰਾਣਿਆ ਇਹ ਬਸ ਰਹਿਣ ਦੇ ਚੱਲ ਕੋਈ ਨਹੀਂ ਇਹ ਕੱਟ ਦੇਾਂਗੇ ਆਪਾਂ ਵਿੱਚੋਂ ਸੀਨ ਨਹੀਂ ਕੋਈ ਗੱਲ ਨਹੀਂ ਕੋਈ ਚੱਕਰ ਨਹੀਂ ਇਰਦੇ ਫੜ ਸਿਰ ਤੇ ਰੱਖ ਬਾਈ ਦਾ ਵਿਆਹ ਆਇਆ ਸਿਰਫ 10 ਕੁ ਦਿਨ ਹੋਏ ਹੁੰਦੇ ਆ ਬਾਈ ਦਾ ਵਿਆਹ ਆਇਆ ਨਵਾਂ ਨਵਾਂ ਵਾਹ ਜੀ ਵਾਹ ਬਟੇਰ ਖਵਾ ਲਿਆ ਚੱਲ
ਵੱਡੀ ਜੀ ਵੱਡੀ ਨਸ਼ੇ ਨਾ ਤਮਾਰੋ ਵੱਡੀਆਂ ਵੇ ਉਹ ਪਹਿਲਾਂ ਢੋਲ ਤਾਂ ਵਜਾ ਦੋ ਉਹ ਨਚਾ ਤਾਂ ਦੋ ਲਾੜੇ ਨੂੰ ਪਹਿਲਾਂ ਬਹੁਤ ਹੀ ਨਜ਼ਾਰੇਦਾਰ ਬਟੇਰੇ ਦਾ ਚਾਰ ਪਾ ਕੇ ਦਿੱਤਾ ਸਾਨੂੰ ਆਹ ਵੇਖੋ ਮਗਰ ਜਨਤਾ ਉਂਗਲਾਂ ਚੱਟਦੀ ਪਈ ਆ ਮੂੰਹ ਨਹੀਂ ਲੈਂਦਾ ਪਿਆ ਕਿਸੇ ਦੇ ਵੀ ਤੇ ਬਜਰੰਗੀ ਤੂੰ ਆਹ ਫੋਨ ਨੰਬਰ ਦੱਸ ਦੇ ਜੇ ਕਿਸੇ ਨੇ ਚਾਰ ਪਵਾਉਣਾ ਹੋਵੇ ਤਾਂ ਨੰਬਰ 98-150-41-341 98-150-41-341 ਠੀਕ ਹੈ ਤੇ ਅੱਜ ਦਾ ਆਪਣਾ ਵਲੋਗ ਇੱਥੇ ਹੀ ਖਤਮ ਹੁੰਦਾ ਅਸੀਂ ਹੁਣ ਖਾ ਲਈਏ ਚਾਰ ਤੇ ਤੁਸੀਂ ਵੀ ਲਓ ਨਜ਼ਾਰੇ ਤੇ ਜਿਹਨੇ ਬਣਾਉਣਾ ਹੋਵੇ ਰੈਸਪੀ ਤੁਹਾਨੂੰ ਪਤਾ ਲੱਗ ਹੀ ਗਈ ਆ ਤੇ ਆਲ ਦਾ ਬੈਸਟ ਤੇ ਜੇ ਤੁਹਾਨੂੰ ਚੰਗੀ ਲੱਗੀ ਵੀਡੀਓ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਆਪਦੇ ਦੋਸਤ ਆ ਉਹਨਾਂ ਨੂੰ ਵੀ ਦਿਖਾਓ ਫੈਮਿਲੀ ਨੂੰ ਦਿਖਾਓ ਵੀ ਕਿਵੇਂ ਬਣਦਾ ਬਟੇਰਿਆਂ ਦਾ ਚਾਰ ਤੇ ਲਓ ਨਜ਼ਾਰੇ ਤੇ ਠੰਡ ਆਪਦੀ ਕਰੋ ਦੂਰ ਓਕੇ ਜੀ ਬਾਏ ਬਾਏ ਸਤਿ ਸ਼੍ਰੀ ਅਕਾਲ।